ਕਾਂਗਰਸ ਦੀ ਸਰਕਾਰ ਬਣਦੇ ਹੀ ਪੰਜਾਬ 'ਚ ਨਵਾਂ ਬਦਲਾਅ ਆ ਗਿਆ ਹੈ, ਕਿਉਂਕਿ ਜਿਸ ਵਾਰਡ ਵਿੱਚ ਕਦੇ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਲਈ ਕੌਂਸਲਰ ਵੀ ਨਹੀਂ ਆਇਆ, ਉਹ ਵਾਰਡ ਵਿੱਚ ਵਿਧਾਇਕ ਦੀ ਦਖਲ ਤੋਂ ਬਾਅਦ ਸੀਵਰੇਜ ਦੀ ਸਫਾਈ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਥੋੜ੍ਹੀ ਜਿਹੀ ਬਾਰਿਸ਼ ਨੇ ਹੀ ਵਾਰਡ ਨੰਬਰ 7 ਦੀਆਂ ਗਲੀਆਂ ਨੂੰ ਛੱਪੜ ਦਾ ਰੂਪ ਬਣਾ ਦਿੱਤਾ ਸੀ, ਜਿਸ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਡਾਕਟਰ ਨਰੇਸ਼ ਉੱਪਲ ਨੇ ਵਿਧਾਇਕ ਦੇ ਧਿਆਨ ਵਿੱਚ ਇਹ ਸਮੱਸਿਆ ਲਿਆਂਦੀ, ਜਿਸ ਤੋਂ ਬਾਅਦ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਬਲੋਕ ਹੋਏ ਸੀਵਰੇਜ ਨੂੰ ਖੁਲਵਾਇਆ ਗਿਆ। ਇਸ ਮੌਕੇ ਇਲਾਕਾ ਵਾਸੀਆਂ ਨੇ ਜਿੱਥੇ ਵਿਧਾਇਕ ਸੰਜੇ ਤਲਵਾੜ ਦਾ ਧੰਨਵਾਦ ਕੀਤਾ, ਉੱਥੇ ਹੀ ਕਾਂਗਰਸੀ ਆਗੂ ਨਰੇਸ਼ ਉੱਪਲ ਦੀ ਵੀ ਸ਼ਲਾਘਾ ਕੀਤੀ। ਮੇਰਾ ਨਾਮ ਸੁਮਨ ਹੈ। ਹਾਂਜੀ, ਕੀ ਪ੍ਰੋਬਲਮ ਆ ਰਹੀ ਤੁਹਾਨੂੰ? ਸਾਡੇ ਦੇਖੋ ਸੀਵਰੇਜ ਔਰ ਵਾਟਰ ਸਪਲਾਈ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ, ਪਾਣੀ ਕਿੰਨਾ ਖੜਾ ਹੋਇਆ ਹੈ, ਕਿੰਨਾ ਮੱਛਰ, ਬੱਚੇ ਕਿੰਨੇ ਵਾਰੀ ਕਿੰਨੇ ਜੋ ਰਾਹੀ ਹੈ ਲੰਘਦੇ ਹੈ, ਬਹੁਤ ਡਿੱਗ ਰਹੇ ਹੈ। ਸਾਡਾ ਬੁਰਾ ਹਾਲ ਹੈ, ਕਿਸੇ ਨੇ ਸੁਣਵਾਈ ਨਹੀਂ ਕੀਤੀ, ਸਾਨੂੰ ਨਹੀਂ ਪਤਾ ਕਿ ਸਾਡਾ ਕੌਂਸਲਰ ਸਾਡੀ ਗਲੀ ਕਦੇ ਦੇਖੀ ਵੀ ਹੈ ਜਾਂ ਨਹੀਂ ਦੇਖੀ। ਸਾਡੇ ਡਾਕਟਰ ਸਾਹਿਬ ਦੀ ਮਿਹਰਬਾਨੀ ਹੈ ਜੋ ਸਾਡੀ ਗਲੀ 'ਚ ਆਏ ਔਰ ਇਹਨਾਂ ਨੇ ਮੈਨੂੰ ਫੋਨ ਬੈਕ ਕਾਲ ਕਰਕੇ ਦਿੱਖ ਕੇ ਆ ਕੇ ਕੀਤਾ ਔਰ ਫਿਰ ਇਹ ਆਏ ਔਰ ਦੇਖੋ ਇਹ ਕਰਵਾ ਰਹੇ ਕੰਮ, ਵਰਨਾ ਸਾਡਾ ਕੰਮ ਹੋਣ ਦੀ ਉਮੀਦ ਬਿਲਕੁਲ ਨਹੀਂ ਸੀ। ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੀ ਬਹੁਤ ਜ਼ਿਆਦਾ ਖੜਾ ਹੈ, ਤੁਸੀਂ ਇਹ ਵੀ ਦੇਖ ਸਕਦੇ ਹੋ। ਕੀ ਮੰਗ ਕਰਦੇ ਹੋ, ਕੀ ਹੋਣਾ ਚਾਹੀਦਾ? ਸਾਡੀ ਅਪੀਲ ਇਹ ਹੈ ਕਿ ਪਲੀਜ਼ ਸਾਡੀ ਗਲੀ ਵੀ ਬਣਾਈ ਜਾਏ ਔਰ ਸਾਡੇ ਸੀਵਰੇਜ ਦੇ ਮੇਨ ਹੋਲ ਹੀ ਵਿੱਚ ਬਣਾਇਆ ਜਾਵੇ। ਬਹੁਤ ਦੂਰੀ ਕੀ ਹੈ, ਬਹੁਤ ਜਲਦੀ ਭਰ ਜਾਂਦਾ, ਅਸੀਂ ਇੰਨੇ ਕੁ ਤੰਗ ਹਾਂ, ਦੱਸ ਨਹੀਂ ਸਕਦੇ। ਅਸੀਂ ਰੂਟੀਨ ਦੀ ਪ੍ਰੋਬਲਮ ਹੈ, ਕੋਈ ਨਈ ਪ੍ਰੋਬਲਮ ਅੱਜ ਦੀ ਨਹੀਂ ਹੈ, 5 ਸਾਲ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਸਾਡੇ ਕੋਲ ਇੱਥੇ ਕੋਈ ਵੀ ਆ ਨਹੀਂ ਰਿਹਾ, ਸਸਤਾ ਸ਼ਕਲ ਵੀ ਨਹੀਂ ਦੇਖੀ ਕੌਂਸਲਰ ਦੀ, ਸਿਰਫ ਵੋਟਾਂ ਲੈਣ ਵਾਸਤੇ ਆ ਜਾਂਦੇ ਔਰ ਅਸੀਂ ਪਹਿਲਾਂ ਹੀ ਉਹਨਾਂ ਲਈ ਇਹ ਕੁਐਸਚਨ ਰੱਖਿਆ ਸੀ ਕਿ ਪਲੀਜ਼ ਸਾਡਾ ਇਹ ਸਲਿਊਸ਼ਨ ਕਰੋਗੇ ਤਾਂ ਅਸੀਂ ਵੋਟਾਂ ਦੇਵਾਂਗੇ, ਪਰ ਉਹਨਾਂ ਨੇ ਫਿਰ ਵੀ ਸਾਡੀ ਕੋਈ ਕੇਅਰ ਨਹੀਂ ਕੀਤੀ। ਵਾਰਡ ਨੰਬਰ 7 ਦੇ ਇਲਾਕਾ ਨਿਵਾਸੀਆਂ ਦੀ ਅੱਜ ਕੱਲ੍ਹ ਮੇਰੇ ਕੋਲ ਇਕੱਠੇ ਹੋ ਕੇ ਆਏ ਸੀ ਸਾਰੇ। ਉਹਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ, ਜਿਵੇਂ ਕਿ ਸੀਵਰੇਜ ਦੀ ਜਾਮ ਹੈ, ਵਾਟਰ ਸਪਲਾਈ ਨਹੀਂ ਸਹੀ ਪ੍ਰੋਪਰ ਆ ਰਹੀ, ਗਲੀਆਂ ਨਾਲੀਆਂ ਨਹੀਂ ਬਣੀਆਂ ਹੋਈਆਂ। ਇਹਨਾਂ ਨੇ ਮੇਰੇ ਕੋਲ ਆ ਕੇ ਦੱਸਿਆ ਵੀ ਸਾਡੇ ਇਲਾਕੇ ਦੇ ਵਿੱਚ ਸੀਵਰੇਜ ਜਾਮ ਹੈ, ਪਾਣੀ ਗੰਦਾ ਖੜਾ, ਲੋਕ ਬਿਮਾਰ ਹੋ ਰਹੇ ਨੇ। ਮੈਂ MLA ਸਾਹਿਬ ਸੰਜੇ ਤਲਵਾੜ ਜੀ ਦੇ ਨੌਲੇਜ 'ਚ ਲਿਆ ਕੇ ਨਗਰ ਨਿਗਮ ਦੇ ਅਫਸਰਾਂ ਨੂੰ ਦੱਸ ਕੇ, ਉਹਨਾਂ ਨੂੰ ਮੌਕਾ ਦਿਖਾ ਕੇ ਇੱਥੇ ਮਤਲਬ ਸਫਾਈ ਕਰਮਚਾਰੀ ਬੁਲਾ ਕੇ ਜਿਹੜੀ ਆਪਣੀ ਮਸ਼ੀਨ ਮੰਗਾ ਕੇ ਸਫਾਈ ਕਰਾ ਰਿਹਾ ਇਲਾਕੇ ਦੀ, ਅਤੇ ਜਿਹੜਾ ਇਲਾਕੇ ਦਾ ਕੌਂਸਲਰ ਹੈ ਉਹਨੂੰ ਜਿੱਤੇ ਨੂੰ ਮੇਰਾ ਲੋਕਾਂ ਦੇ ਦੱਸਣ ਦੇ ਮੁਤਾਬਕ ਵੀ 5 ਸਾਲਾਂ ਦੇ ਵਿੱਚ ਅਸੀਂ ਤਾਂ ਇੱਕ ਵਾਰੀ ਵੀ ਉਹਨਾਂ ਦੀ ਸ਼ਕਲ ਦੇਖੀ, ਨਾ ਹੀ ਉਹਨਾਂ ਨੇ ਕੋਈ ਸਾਡੇ ਇਲਾਕੇ ਦਾ ਸੁਧਾਰ ਕੀਤਾ, ਨਾ ਕੋਈ ਕੰਮ ਕਰਵਾਇਆ। ਹੁਣ ਅਸੀਂ ਕਾਂਗਰਸ ਪਾਰਟੀ ਵੱਲੋਂ ਆਪਣੇ MLA ਦੇ ਸਹਿਯੋਗ ਦੇ ਨਾਲ, ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ, MLA ਸਾਹਿਬ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਵਿੱਚ ਕੰਮ ਕਰਵਾ ਰਹੇ ਹਾਂ, ਜਿਵੇਂ ਕਿ ਸੀਵਰੇਜ ਦਾ ਵੀ ਕਰਵਾ ਰਹੇ ਹਾਂ, ਵਾਟਰ ਸਪਲਾਈ ਦਾ ਵੀ ਕਰਵਾ ਰਹੇ ਹਾਂ, ਸਟਰੀਟ ਲਾਈਟਾਂ ਦਾ ਵੀ ਕਰਵਾ ਰਹੇ ਹਾਂ। ਤੱਕ ਇਸ ਸਮੱਸਿਆ ਦਾ ਹੱਲ ਹੋ ਜੂਗਾ? ਸਮੱਸਿਆ ਦਾ ਜਿਹੜਾ ਜੀ ਮੇਨ ਤਾਂ ਸੀਵਰੇਜ ਦਾ ਜਿਹੜਾ ਗੰਦਾ ਪਾਣੀ ਚੱਲ ਬਾਹਰ ਚੱਲ ਰਿਹਾ ਉਹ ਤਾਂ ਅੱਜ ਹੀ ਹੋ ਜਾਣਾ, ਬਾਕੀ ਅਸੀਂ MLA ਸਾਹਿਬ ਨੂੰ ਦਿਖਾ ਕੇ ਮੌਕੇ 'ਤੇ ਲਿਆ ਕੇ ਉਹਨਾਂ ਨੂੰ ਜਿਹੜੀਆਂ ਗਲੀਆਂ ਨਾਲੀਆਂ ਨੇ ਉਹਨਾਂ ਨੇ ਟੈਂਡਰ ਲਵਾ ਕੇ ਉਹ ਪਾਸ ਕਰਵਾ ਕੇ ਅਸੀਂ ਜਲਦੀ ਤੋਂ ਜਲਦੀ ਦਾ ਹੱਲ ਕਰਵਾਵਾਂਗੇ।